ਪੀਰ ਪਕੰਬਰਾਂ ਦੇ ਅੱਗੇ ਨਾ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਦੀ ਇਹ ਜੇ ਲੋਕ ਜਿਹੜੇ ਨਾ ਇਹ ਆਪਣਾ ਨੁਕਸਾਨ ਤਾਂ ਜਿਹੜਾ ਕਰਦੇ ਨੇ ਪਰ ਆਪਣੇ ਕੁੱਲ ਦਾ ਵੀ ਨੁਕਸਾਨ ਕਰ ਜਾਂਦੇ ਨੇ। ਉਹ ਉਹਨਾਂ ਦੀ ਗਲਤੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਗਲਤੀਆਂ ਮੰਨਣੀਆਂ ਪੈਂਦੀਆਂ। ਕੋਈ ਵੀ ਕਿਸੇ ਵੀ ਧਰਮ ਦੀ ਕੋਈ ਵੀ ਬੇਅਦਬੀ ਕਰਦਾ ਵਾ ਤਾਂ ਉਹਨੂੰ ਸਜ਼ਾ ਵਾ। ਕਾਨੂੰਨ ਵਾਕਈ ਕੋਈ ਹਾਰਡ ਇੱਦਾਂ ਦਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਜਿਹਦੇ ਨਾਲ ਮੁੜ ਕੇ ਅਗਲਾ ਕੋਈ ਜ਼ੋਰਤ ਹੀ ਨਾ ਕਰੇ। ਜਿਵੇਂ ਹੁਣ ਤੁਸੀਂ ਮੈਨੂੰ ਲੱਗਦਾ ਕਿ ਅਗਲੀ ਗੱਲ ਉਹ ਵੀ ਮੈਨੂੰ ਪੁੱਛੋਗੇ ਬਈ ਉਹ ਜਿਹੜੇ ਇੱਕ ਬੰਦੇ ਨੇ ਸਾਡੇ ਦਾਦੀ ਜੀ ਮਾਤਾ ਗੁਜਰ ਕੌਰ ਜੀ ਨੂੰ ਹਾਂ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਮਾੜਾ ਬੋਲਿਆ। ਉਹ ਬੰਦੇ ਨੇ ਸ਼ਾਇਦ ਇੱਕ ਤਰ੍ਹਾਂ ਦੀ ਗਾਲਾਂ ਵੀ ਕੱਢੀਆਂ ਚਾਹੀਆਂ ਨਹੀਂ ਨਹੀਂ ਆਪਾਂ ਵਾਹਿਗੁਰੂ ਜੀਓ ਸਾਨੂੰ ਮਾਫ ਕਰਿਓ ਤੇ ਮੈਂ ਉਹ ਵੀਡੀਓ ਸੁਣਨ ਵਾਸਤੇ ਵੀ ਨਹੀਂ ਮੇਰੇ ਜ਼ਮੀਰ ਨੇ ਮੇਰੇ ਕੰਨਾਂ ਨੇ ਇਜਾਜ਼ਤ ਦਿੱਤੀ ਤੇਰੇ ਮੇਰੇ ਵਰਗਿਆਂ ਤੋਂ ਜਦੋਂ ਮੈਨੂੰ ਪਤਾ ਲੱਗਿਆ ਕਹਿੰਦੇ ਤੁਸੀਂ ਔਨ ਕਰਕੇ ਦੇਖੋ ਤੇ ਮੈਂ ਕਿਹਾ ਕੋਈ ਨਹੀਂ ਫਿਰ ਗੁਰੂ ਸਾਹਿਬ ਨੇ ਤਾਂ ਕੱਲਾ ਹੀ ਵਰਤਾਉਣੀ ਆ ਇੱਕ ਪਲ ਹੀ ਲਾਉਣਾ। ਨਹੀਂ ਲੋਕ ਕਿਉਂ ਇਹੋ ਜਿਹਾ ਕਿਸੇ ਨੂੰ ਜੇ ਤੁਹਾਨੂੰ ਕੋਈ ਨਹੀਂ ਪਸੰਦ ਉਹਦੇ ਬਾਰੇ ਮਾੜਾ ਕਿਉਂ ਬੋਲਦੇ ਆ ਇਦਾਂ ਮਤਲਬ ਪਤਾ ਕੀ ਉਹ ਵੀਡੀਓ ਦੇਖੀ ਨਹੀਂ ਜਾਂਦੀ ਮਤਲਬ ਜਿੱਦਾਂ ਦੀ ਉਹ ਵੀਡੀਓ ਆ। ਦੇਖੋ ਮੈਂ ਤਾਂ ਇਹੀ ਵਾਰ ਵਾਰ ਕਹਿੰਦੀ ਹਾਂ ਬਈ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਜੋਗ। ਜਦੋਂ ਦਰਖਤ ਦੀ ਜੜ ਸੁੱਕ ਜਾਂਦੀ ਹੈ ਨਾ ਉਹਦੇ ਪੱਤੇ ਵੀ ਸੁੱਕ ਜਾਂਦੇ ਆ। ਫਲ ਫੁੱਲ ਪੱਤੇ ਤਾਂ ਉਹਨੂੰ ਲੱਗਣੇ ਬਹੁਤ ਜ਼ਰੂਰ ਦੀ ਗੱਲ, ਫੁੱਲ ਤਾਂ ਉਹਨੂੰ ਲੱਗ ਨਹੀਂ ਸਕਦੇ, ਫਲ ਵੀ ਨਹੀਂ ਲੱਗ ਸਕਦੇ। ਇਹ ਜੇ ਲੋਕ ਜਿਹੜੇ ਨਾ ਇਹ ਆਪਣਾ ਨੁਕਸਾਨ ਤਾਂ ਜਿਹੜਾ ਕਰਦੇ ਨੇ ਪਰ ਆਪਣੇ ਕੁੱਲ ਦਾ ਵੀ ਨੁਕਸਾਨ ਕਰ ਜਾਂਦੇ ਨੇ। ਉਹ ਉਹਨਾਂ ਦੀ ਗਲਤੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਗਲਤੀਆਂ ਮੰਨਣੀਆਂ ਪੈ ਜਾਂਦੀਆਂ। ਮੰਨਦੇ ਕਿ ਨਹੀਂ ਮੰਨਦੇ, ਕਿੰਨੇ ਚ ਹੋਇਆ ਪਰਿਵਾਰਾਂ ਦੇ, ਬਾਅਦ ਚ ਉਹਨਾਂ ਦੇ ਪਰਿਵਾਰ ਨੇ ਵੀ ਗਲਤੀ ਮੰਨੀ ਆ। ਫਿਰ ਤੁਸੀਂ ਕਰਦੇ ਇਹ ਕੁਛ ਕਿਉਂ ਆ? ਮੈਂ ਕਹਿੰਦੀ ਜੇ ਚਾਹੇ ਮੈਂ ਆ ਚਾਹੇ ਤੁਸੀਂ ਹੋ, ਜੇ ਕੋਈ ਵੀ ਗਲਤੀ ਕਰਦਾ ਵਾ ਤੇ ਸਾਰਿਆਂ ਦੇ ਅੰਦਰ ਇਹ ਦਹਿਸ਼ਤ ਹੋਵੇ ਬਈ ਲਿਹਾਜ਼ ਨਹੀਂ। ਕੀ ਸਜ਼ਾ ਕੀ ਹੋਣੀ ਚਾਹੀਦੀ ਫਿਰ ਇਹ ਜੇ ਪਰ ਜਿਹੜਾ ਇਦਾਂ ਕਰਦਾ? ਸਜ਼ਾ ਤਾਂ ਗੁਰੂ ਸਾਹਿਬ ਦੇ ਹੀ ਦਿੰਦੇ, ਤੁਹਾਡੇ ਸਾਹਮਣੇ ਹੀ ਦਿੰਦੇ, ਆਪੇ ਆਪਦੀ ਕਲਾ ਵਰਤਾ ਦਿੰਦੇ ਨੇ। ਨਹੀਂ ਫਿਰ ਵੀ ਲੱਗਦਾ ਵੀ ਕਿਸੇ ਨਾ ਕਿਸੇ ਸੂਰਤ ਵਿੱਚ ਇਹ ਜੇ ਇਹ ਜਿਆਂ ਲਈ ਕੋਈ ਕਾਨੂੰਨ ਇਦਾਂ ਦਾ ਹੋਣਾ ਚਾਹੀਦਾ ਵੀ ਅੱਗੇ ਤੋਂ ਕੋਈ ਜ਼ੋਰਤ ਨਾ ਕਰੇ। ਕਾਨੂੰਨ ਤਾਂ ਇਦਾਂ ਦਾ ਹੋਣਾ ਚਾਹੀਦਾ ਕਿ ਉਹ ਕਿਸੇ ਵੀ ਧਰਮ ਦੀ ਕੋਈ ਬੇਅਦਬੀ ਕਰਦਾ, ਕਿਸੇ ਦੀ ਵੀ ਬੇਅਦਬੀ ਕਰਦਾ ਉਹ ਤਾਂ ਸਜ਼ਾ ਤਾਂ ਉਹਨੂੰ ਮੇਰੇ ਖਿਆਲ 'ਚ ਇਦਾਂ ਦੀ ਹੋਣੀ ਚਾਹੀਦੀ ਆ। ਕਈ ਸਾਲ ਉਹਨੂੰ ਜਿਵੇਂ ਸੁਣਿਆ ਨਾ ਵੀ ਚੱਕੀਆਂ ਦੇ ਵਿੱਚ ਰੱਖ ਦਿੰਦੇ ਆ ਤਾਂ ਕਿ ਹੁਣ ਸਿੰਘ ਦਾ ਵਿਚਾਰੇ ਸਾਡਿਆਂ ਨੇ ਇਹੋ ਜਿਹਾ ਕੁਛ ਕੀਤਾ ਵੀ ਨਾ, ਉਹ ਤਾਂ ਚੱਕੀਆਂ 'ਚ ਪੀਸੇ ਪਏ। ਅਤੇ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਵੀ ਬੇਅਦਬੀ ਕਰਦਾ ਵਾ ਤਾਂ ਉਹਨੂੰ ਸਜ਼ਾ ਵਾ। ਕਾਨੂੰਨ ਵਾਕਈ ਕੋਈ ਹਾਰਡ ਇੱਦਾਂ ਦਾ ਸਖ਼ਤ ਕਾਨੂੰਨ ਬਣਨਾ ਚਾਹੀਦਾ ਜਿਹਦੇ ਨਾਲ ਮੁੜ ਕੇ ਅਗਲਾ ਕੋਈ ਜ਼ੋਰਤ ਹੀ ਨਾ ਕਰੇ। ਬਾਅਦ 'ਚ ਇਹੋ ਜਿਹਾ ਨੂੰ ਕਈ ਵਾਰ ਜਦੋਂ ਬੇਅਦਬੀਆਂ ਹੁੰਦੀਆਂ ਵਾ ਬਾਅਦ 'ਚ ਕਹਿੰਦੇ ਵੀ ਉਹ ਤਾਂ ਮੰਦ ਬੁੱਧੀ ਸੀਗਾ, ਇੱਦਾਂ ਦੀਆਂ ਵੀ ਬਹੁਤ ਘਟਨਾਵਾਂ ਹੋ ਜਾਂਦੀਆਂ। ਫਿਰ ਕੁਛ ਤਾਂ ਕਹਿ ਕੇ ਛਡਾਉਣਾ ਹੀ ਆ ਕਿਹੜਾ, ਮੰਦ ਬੁੱਧੀ ਹੁੰਦੇ ਆ ਆਪਦੇ ਘਰ ਦੇ ਕੱਪੜੇ ਨਹੀਂ ਕੁਛ ਕਰ ਦਿੰਦੇ, ਆਪਦੇ ਘਰਦਿਆਂ ਦੇ ਕੱਪੜੇ ਨਹੀਂ ਪਾੜ ਦਿੰਦੇ, ਆਪਦੇ ਕੱਪੜੇ ਲਾ ਕੇ ਨਹੀਂ ਨੰਗੇ ਪਤੰਗੇ ਫਿਰਦੇ, ਹੈ ਮੰਦ ਬੁੱਧੀ ਇਕੱਲੇ ਜਾ ਕੇ ਕਦੇ ਉਹ ਹੁਣ ਖੰਨੇ ਦੇਖ ਲਓ ਤੁਸੀਂ, ਉਦੋਂ ਹੋਇਆ ਸੀਗਾ ਮੰਦਰ ਦੇ ਵਿੱਚ ਹੋ ਗਿਆ ਸੀ ਤੇ ਬਾਕੀ ਗੁਰਦੁਆਰਿਆਂ ਦੇ ਵਿੱਚ ਕਿੰਨਾ ਕੁਛ ਹੁੰਦਾ ਵਾ। ਫਿਰ ਇਹ ਕਾਨੂੰਨ ਨਹੀਂ ਹੈਗਾ, ਕਾਨੂੰਨ ਨਹੀਂ ਹੈਗਾ। ਜੇ ਕੋਈ ਮਾਰਦਾ ਵਾ ਤੇ ਫਿਰ ਕਹਿੰਦੇ ਲੈ ਉਹਤੋਂ ਤਾਂ ਬਹੁਤ ਕੁਛ ਨਿਕਲਣਾ ਸੀ, ਉੱਥੋਂ ਤਾਂ ਬਹੁਤ ਕੁਛ ਕੱਢਦੇ, ਹਜੇ ਤਾਂ ਉੱਥੋਂ ਜਾਂਚ ਹੋਣੀ ਸੀ ਤੇ ਫਿਰ ਹੁਣ ਜਾਵੇ ਇਨਸਾਨ ਕਿੱਧਰ ਨੂੰ। ਮੈਂ ਤਾਂ ਅਕਾਲ ਪੁਰਖ ਅੱਗੇ ਇਹੀ ਬੇਨਤੀਆਂ ਕਰਦੀਆਂ ਦਾਤਿਆ, ਤੂੰ ਹੀ ਕੋਈ ਕਲਾ ਵਰਤਾ, ਤੂੰ ਹੀ ਕੋਈ ਮਿਹਰ ਕਰ, ਤਰਸ ਕਰ, ਜਿਹੜੇ ਇੱਦਾਂ ਦੇ ਲੋਕ ਆ ਇਹਨਾਂ ਦੀ ਬੁੱਧੀ 'ਤੇ ਕਿਰਪਾ ਕਰ ਵੀ ਜਿਉਣ ਲਈ ਆਏ ਹਾਂ ਅਸੀਂ ਦੁਨੀਆਂ 'ਤੇ, ਜ਼ਿੰਦਗੀ ਕੱਟਣ ਨਹੀਂ ਆਏ, ਜਿਉਣ ਆਏ ਹਾਂ।